A South Asian Canadian channel. ਜਦੋਂ ਪੰਜਾਬ ਦੇ ਲੋਕਾਂ ਨੇ ਮਾਨ ਸਾਹਿਬ ਨੂੰ ਇੱਕ ਵੱਡਾ ਫਤਵਾ ਦਿੱਤਾ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਬਹੁਤ ਸਾਰੇ ਮੁੱਦੇ ਸੀ, ਬਹੁਤ ਸਾਰੇ ਇਸ਼ੂ ਸੀਗੇ ਜਿਹੜੇ ਕਿ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ, ਸਰਕਾਰ ਦੇ ਪ੍ਰਾਇਓਰਟੀ ਨੂੰ ਲੈ ਕੇ ਬਹੁਤ ਜ਼ਰੂਰੀ ਹੋ ਸਕਦੇ। ਲੇਕਿਨ ਕੁਛ ਇੱਕ ਮੁੱਦਿਆਂ 'ਤੇ ਪਹਿਲੇ 6 ਮਹੀਨਿਆਂ 'ਚ ਸਰਕਾਰ ਨੇ ਜਿਹੜਾ ਕੰਕਰੀਟ ਕੰਮ ਕੀਤਾ ਆ ਉਹਦੇ 'ਤੇ ਮੈਂ ਇੱਕ ਇੱਕ ਕਰਕੇ ਪਹਿਲਾਂ ਤੁਹਾਨੂੰ ਦੱਸਣਾ ਚਾਹੂੰਗਾ। ਉਸ ਤੋਂ ਬਾਅਦ ਮੈਂ ਪਿਛਲੇ ਕੱਲ੍ਹ ਅਸੀਂ ਸੁਣ ਰਹੇ ਸੀ LOP ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਪ੍ਰੈਸ ਕਾਨਫਰੰਸ ਵੀ ਔਰ ਬਾਦਲ ਸਾਹਿਬ ਦੀ ਵੀ ਸਟੇਟਮੈਂਟ, ਉਹਦੇ 'ਤੇ ਵੀ ਮੈਂ ਇੱਕ ਇੱਕ ਕਰਕੇ ਜ਼ਰੂਰ ਜਵਾਬ ਅੱਜ ਜਿਹੜਾ ਦਊਂਗਾ। ਤਾਂ ਮਾਨ ਸਾਹਿਬ ਨੇ ਇੱਕ ਤਾਂ ਸਭ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਇੰਪਲੋਇਮੈਂਟ ਜਿਹੜੀ ਆ ਪੰਜਾਬ 'ਚ ਜਨਰੇਟ ਹੋਵੇ ਔਰ ਮਾਈਗ੍ਰੇਸ਼ਨ ਨੌਜਵਾਨਾਂ ਦੀ ਵੱਡੇ ਸਤਰ 'ਤੇ ਪੰਜਾਬ ਤੋਂ ਬਾਹਰ ਹੋ ਰਹੀ ਸੀ ਔਰ ਉਹਦਾ ਹੀ ਕਾਰਨ ਸੀ ਕਿ ਔਰਗਨਾਈਜ਼ ਕ੍ਰਾਈਮ ਵੀ ਵਧਿਆ। ਅਤੇ ਇੰਪਲੋਇਮੈਂਟ ਨੂੰ ਲੈ ਕੇ ਪਿਛਲੇ 6 ਮਹੀਨਿਆਂ 'ਚ 20,000 ਨਵੀਆਂ ਨੌਕਰੀਆਂ ਦਿੱਤੀਆਂ ਅਤੇ 9,000 ਕੱਚੇ ਮੁਲਾਜ਼ਮ ਹੁਣ ਤੱਕ ਤਕਰੀਬਨ 9,000 8,736 ਜਿਹੜੇ ਆ ਕੱਚੇ ਮੁਲਾਜ਼ਮ ਪੱਕੇ ਕੀਤੇ। ਇੱਥੇ ਮੈਂ ਜ਼ਰੂਰ ਬਾਜਵਾ ਸਾਹਿਬ ਨੂੰ ਦਰੁਸਤ ਕਰਦਾ, ਕੱਲ੍ਹ ਉਹ ਕਹਿ ਰਹੇ ਸੀ ਵੀ ਇਸ ਅੰਕੜਿਆਂ 'ਚ ਵੀ ਉਹਨਾਂ ਨੇ ਬੜਾ ਝੂਠ ਬੋਲਿਆ ਕੱਲ੍ਹ। ਇਹ 20,000 ਜਿਹੜੇ ਨਵੀਆਂ ਨੌਕਰੀਆਂ ਦਿੱਤੀਆਂ, ਇਹ ਕਾਂਗਰਸ ਵਾਂਗੂ ਜੋਬ ਫੈਸਟ ਲਾ ਕੇ ਕੋਈ 4-4, 5-5 ਹਜ਼ਾਰ ਵਾਲੀਆਂ ਨੌਕਰੀਆਂ ਜਾਂ ਸਰਟੀਫਿਕੇਟ ਨਹੀਂ ਵੰਡੇ। ਇਹ 20,000 ਨਵੀਆਂ ਨੌਕਰੀਆਂ ਦਿੱਤੀਆਂ ਅਤੇ 9,000 ਕੱਚੇ ਮੁਲਾਜ਼ਮ ਪੱਕੇ ਕੀਤੇ ਆ 36,000 ਚੋਂ, ਜਿਹੜੇ 36,000 ਬਾਰੇ ਬਾਜਵਾ ਸਾਹਿਬ ਦੀ ਪਿਛਲੀ ਸਰਕਾਰ ਨੇ ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਹੋਲਡਿੰਗ ਅਤੇ ਬੋਰਡਿੰਗ ਲਾ ਦਿੱਤੇ ਸੀ ਅਤੇ ਪਰ ਪੱਕਾ ਕੋਈ ਨਹੀਂ ਹੋਇਆ ਸੀ। ਸੋ ਮਾਨ ਸਾਹਿਬ ਨੇ ਪਹਿਲੇ 6 ਮਹੀਨਿਆਂ 'ਚ ਇੰਪਲੋਇਮੈਂਟ ਨੂੰ ਲੈ ਕੇ ਦੋ ਵੱਡੀ ਜਿਹੜੀ ਹੈ ਪਹਿਲਕਦਮੀਆਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਔਰ ਇਹ ਸਿਲਸਿਲਾ ਅੱਗੇ ਹਜੇ ਚੱਲਦਾ ਰਹਿਣਾ। ਪੰਜਾਬ ਖੇਤੀਬਾੜੀ ਸੂਬਾ ਪ੍ਰਧਾਨ ਹੈ ਔਰ ਪੰਜਾਬ ਦੀ ਆਰਥਿਕ ਪੂਰੀ ਆਰਥਿਕ ਜਿਹੜਾ ਸਨੈਰੀਓ ਆਰਥਿਕ ਸਥਿਤੀ ਆ ਜਾਂ ਇਕੋਨਮੀ ਹੈ ਉਹ ਐਗਰੀਕਲਚਰ 'ਤੇ ਡਿਪੈਂਡ ਰਹਿੰਦੀ ਹੈ। ਪਹਿਲੀ ਵਾਰ ਪੰਜਾਬ ਦੇ ਇਤਿਹਾਸ 'ਚ ਮੂੰਗੀ ਦੀ ਫਸਲ ਨੂੰ ਲੈ ਕੇ MSP ਦਿੱਤੀ ਗਈ, ਕਿਸੇ ਸਰਕਾਰ ਨੇ ਇਨੀਸ਼ੀਏਟਿਵ ਨਹੀਂ ਲਿਆ। ਆ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ, ਮੈਂ ਜਵਾਬ ਇਸ ਆਪਣੀ ਗੱਲ ਰੱਖਣ ਤੋਂ ਬਾਅਦ ਇਹਨਾਂ ਦਾ ਵੀ ਦੇਣਾ। MSP ਦਿੱਤੀ ਗਈ ਮੂੰਗੀ 'ਤੇ, ਇਹਦੇ ਨਾਲ ਨਾਲ ਪੰਜਾਬ ਦੀ ਪਾਣੀ ਔਰ ਧਰਤੀ ਦੀ ਫਰਟੀਲਿਟੀ ਨੂੰ ਬਚਾਉਣ ਲਈ ਸਿੱਧੀ ਬਿਜਾਈ ਨੂੰ ਪ੍ਰੋਤਸਾਹਨ ਦੇਣ ਵਾਸਤੇ 1500 ਰੁਪਈਆ ਇਨਸੈਂਟਿਵ ਜਿਹੜਾ ਕਿਸਾਨਾਂ ਨੂੰ ਦੇਣ ਦੀ ਗੱਲ ਹੈ ਔਰ ਉਹਦਾ ਇੱਕ ਪੂਰਾ ਡਾਟਾ ਪੰਜਾਬ ਸਰਕਾਰ ਕੋਲ ਆ ਗਿਆ ਹੈ। ਕੱਲ੍ਹ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮੈਂ ਸੁਣ ਰਿਹਾ ਸੀ, ਆਖਿਆ ਜੀ 1500 ਰੁਪਏ ਦੇਣੇ, ਅਸੀਂ ਕੋਈ ਝੂਠੇ ਲਾਰੇ ਨਹੀਂ ਲਾਏ, ਹਜੇ ਝੋਨੇ ਨੂੰ ਵਾਢੀ ਨਹੀਂ ਪੈ ਗਈ। ਸਰਕਾਰ ਦਾ ਜਿਹੜਾ ਮਕੈਨਿਜ਼ਮ ਹੈ, ਜਿਹੜਾ ਪੋਰਟਲ ਬਣਾਇਆ ਹੈ, ਉਹਦੇ 'ਤੇ ਸਾਰਾ ਡਾਟਾ ਇਕੱਠਾ ਕੀਤਾ ਜਾ ਰਿਹਾ। ਉਹ 1500 ਰੁਪਇਆ ਪਰ ਏਕੜ ਸਿੱਧੀ ਬਿਜਾਈ ਵਾਲਿਆਂ ਨੂੰ, ਇਹ ਵੀ ਪਹਿਲੀ ਵਾਰ ਪੰਜਾਬ 'ਚ ਹੋਇਆ, ਕਦੀ ਪੰਜਾਬ ਦੇ ਪਾਣੀਆਂ ਨੂੰ ਜਾਂ ਪੰਜਾਬ ਦੀ ਧਰਤੀ ਨੂੰ ਬਚਾਉਣ ਵਾਸਤੇ ਉਪਰਾਲਾ ਨਹੀਂ ਹੋਇਆ। ਕਿਸਾਨਾਂ ਨੂੰ ਪਰ ਹਾਰਸ ਪਾਵਰ 5,000 ਰੁਪਈਏ ਪਹਿਲਾਂ ਚਾਰਜ ਕੀਤੇ ਜਾਂਦੇ ਸੀ, ਮਾਨ ਸਾਹਿਬ ਦੀ ਸਰਕਾਰ ਨੇ 2500 ਰੁਪਇਆ ਪਰ ਹਾਰਸ ਪਾਵਰ ਕਿਸਾਨਾਂ ਨੂੰ ਇਕਨੋਮਿਕਲੀ ਰਿਲੀਫ ਦੇਣ ਲਈ ਇੱਕ ਹੋਰ ਕਿਸਾਨਾਂ ਦੇ ਹੱਕ 'ਚ ਫੈਸਲਾ ਕੀਤਾ। ਇਹਦੇ ਨਾਲ ਨਾਲ ਟਰਾਂਸਪੋਰਟ ਦੀ ਜੇ ਮੈਂ ਗੱਲ ਕਰਾਂ, ਆਪਾਂ ਦੇਖਦੇ ਰਹੇ ਹਾਂ, ਤੁਸੀਂ ਸਾਰੇ ਵੀ ਜਾਣਦੇ ਹੋ ਕਿ ਪੰਜਾਬ ਰੋਡਵੇਜ਼ ਘਾਟੇ 'ਚ ਰਹੀ ਆ ਹਮੇਸ਼ਾ। ਉਹ ਪ੍ਰਾਈਵੇਟ ਜਿਹੜੇ ਘਰਾਣੇ ਆ ਉਹਨਾਂ ਦੇ ਫਲੀਟ ਬਣਦੇ ਗਏ। ਇਹ ਕਿਤਰਾ ਹੋ ਸਕਦਾ ਕਿ ਉਸੇ ਹੀ ਰੂਟ 'ਤੇ ਪ੍ਰਾਈਵੇਟ ਬੱਸ ਫਾਇਦੇ ਚੱਲ ਰਹੀ ਆ ਅਤੇ ਪੰਜਾਬ ਰੋਡਵੇਜ਼ ਦੀ ਘਾਟੇ ਚੱਲ ਰਹੀ ਆ? ਇਹਦਾ ਮਤਲਬ ਸੀ ਕਿ ਕਿਤੇ ਨਾ ਕਿਤੇ ਜਿਹੜਾ ਮਕੈਨਿਜ਼ਮ ਬਣਾਇਆ ਉਹ ਚਾਹੇ ਟਾਈਮ ਟੇਬਲ ਨੂੰ ਲੈ ਕੇ, ਚਾਹੇ ਰੂਟ 'ਤੇ ਜਿਹੜੇ ਤੁਸੀਂ ਲਾਇਸੈਂਸ ਦੇਣੇ ਹੁੰਦੇ ਉਹਨੂੰ ਲੈ ਕੇ ਫੇਵਰਿਜ਼ਮ ਹੁੰਦਾ ਰਿਹਾ। ਅੱਜ NRI ਭਰਾਵਾਂ ਨੂੰ, ਜਿਹਨਾਂ ਨੂੰ ਦਿੱਲੀ ਜਾਣ ਵਾਸਤੇ 4-4 ਹਜ਼ਾਰ ਰੁਪਈਆ ਖਰਚ ਕਰਨਾ ਪੈਂਦਾ ਸੀ ਵੋਲਵੋ 'ਤੇ ਸਫ਼ਰ ਲਈ, ਮਾਨ ਸਾਹਿਬ ਦੀ ਸਰਕਾਰ ਨੇ ਉਹੀ ਫੈਸਿਲਿਟੀ
ਉਹੀ ਰੂਟ ਉਸ ਤੋਂ ਬਿਹਤਰ ਜਿਹੜੀਆਂ ਬੱਸਾਂ 1000 ਤੋਂ ਲੈ ਕੇ 1300 ਰੁਪਏ ਤੱਕ 1250-1300 ਰੁਪਏ ਤੱਕ ਦਾ ਜਿਹੜਾ ਸਫ਼ਰ ਹੈ ਐਨ ਆਰ ਆਈ ਭਰਾਵਾਂ ਵਾਸਤੇ ਟਰਾਂਸਪੋਰਟ ਦੀ ਗੱਲ ਕਰ ਰਿਹਾ ਔਰ ਟਰਾਂਸਪੋਰਟ ਦਾ ਮਾਲੀਆ ਜਿਹੜਾ ਪਿਛਲੇ ਦਿਨਾਂ 'ਚ ਵਧਿਆ ਹੈ ਅੰਮ੍ਰਿਤਸਰ ਦਾ ਡਾਟਾ ਪਿਛਲੇ ਦਿਨਾਂ 'ਚ ਅਸੀਂ ਰੱਖਿਆ ਸੀ ਬਾਕੀ ਵੀ ਆਉਣ ਵਾਲੇ ਟਾਈਮ 'ਚ ਰੱਖਾਂਗੇ ਅਜੇ ਪਹਿਲੇ 6 ਮਹੀਨਿਆਂ ਦੀ ਗੱਲ ਹੀ ਕਰ ਰਹੇ ਹਾਂ ਨਹੀਂ ਤਾਂ ਟਰਾਂਸਪੋਰਟ ਨੂੰ ਲੈ ਕੇ ਤਾਂ ਆਪਾਂ ਵੇਖਦੇ ਰਹੇ ਕਿਸ ਕਿਸ ਤਰ੍ਹਾਂ ਦੀਆਂ ਕੰਟਰੋਵਰਸੀਆਂ ਹੁੰਦੀਆਂ ਰਹੀਆਂ ਪ੍ਰਾਈਵੇਟ ਬੱਸਾਂ ਦੇ ਜਿਹੜੇ ਕਾਫਲੇ ਦੇ ਕਾਫਲੇ ਜੁੜਦੇ ਗਏ ਅਤੇ ਸਰਕਾਰੀ ਬੱਸਾਂ ਔਰ ਸਰਕਾਰੀ ਟਰਾਂਸਪੋਰਟ ਘਾਟੇ 'ਚ ਰਿਹਾ ਇਹਦੇ ਨਾਲ ਨਾਲ ਸਪੋਰਟਸ ਦੀ ਮੈਂ ਗੱਲ ਜ਼ਰੂਰ ਕਰੂੰਗਾ ਇੱਕ ਹੋਰ ਖੇਡਾਂ ਵਤਨ ਪੰਜਾਬ ਦੀਆਂ ਦੇ ਨਾਲ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਪੂਰਾ ਸਟੇਟ 'ਚ ਇਨਵਾਇਰਮੈਂਟ ਕਿਉਂਕਿ ਪੰਜਾਬ 2000 ਤੱਕ ਜਾਣਿਆ ਜਾਂਦਾ ਸੀ ਦੇਸ਼ 'ਚ ਅਵਲ ਨੰਬਰ 'ਤੇ ਸੀ ਖੇਡਾਂ 'ਚ ਸਪੋਰਟਸ ਔਰ ਹੁਣ ਅੱਜ ਪੰਜਾਬ ਦੀ ਜਿਹੜੀ ਸਪੋਰਟਸ ਹੈ ਜਾਂ ਪੂਰਾ ਇੱਕ ਖਿਡਾਰੀਆਂ ਦਾ ਪੈਮਾਨਾ ਨੈਸ਼ਨਲ ਲੈਵਲ 'ਤੇ ਅਸੀਂ ਪਿੱਛੇ ਆਏ ਹਾਂ ਰੈਂਕਿੰਗ ਉਸ ਸਪੋਰਟਸ ਇਨਵਾਇਰਮੈਂਟ ਨੂੰ ਪੈਦਾ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਬਲਾਕ ਸਤਰ ਤੋਂ ਸ਼ੁਰੂ ਹੋ ਕੇ ਸਟੇਟ ਲੈਵਲ 'ਤੇ ਜਾਣੀਆਂ ਉਸ ਚੱਲ ਰਹੀਆਂ ਇਸ ਮੌਕੇ ਮੈਂ ਜ਼ਰੂਰ ਦੱਸਣਾ ਚਾਹੂੰਗਾ ਬਾਦਲ ਸਾਹਿਬ ਨੂੰ ਖਾਸ ਕਰ ਕਬੱਡੀ ਦੇ ਟੂਰਨਾਮੈਂਟ ਇਹਨਾਂ ਨੇ ਵੀ ਕਰਵਾਏ ਸੀ ਕਬੱਡੀ ਦੇ ਟੂਰਨਾਮੈਂਟ ਵਿੱਚ ਬੋਂਬੇ ਤੋਂ ਮਹਿੰਗੀਆਂ ਮਹਿੰਗੀਆਂ ਹੀਰੋਇਨਾਂ ਕਰੋੜਾਂ ਰੁਪਈਆ ਖਰਚ ਕਰਕੇ ਨਚਵਾਈਆਂ ਜਾਂਦੀਆਂ ਸੀ ਅਤੇ ਮਾਨ ਸਾਹਿਬ ਨੇ ਬਲਵੀਰ ਸਿੰਘ ਸੀਨੀਅਰ ਦੇ ਨਾਂ 'ਤੇ ਸਕਾਲਰਸ਼ਿਪ ਸਪੋਰਟਸ ਸਕਾਲਰਸ਼ਿਪ ਸ਼ੁਰੂ ਕੀਤੀ ਹੈ ਸਾਡਾ ਫਰਕ ਹੈ ਇਹਨਾਂ ਦਾ ਅਤੇ ਸਾਡੇ ਕੰਮ ਦਾ ਇਹ ਪੈਸੇ ਦੀ ਬਰਬਾਦੀ ਖੇਡਾਂ ਦੇ ਨਾਂ 'ਤੇ ਕਰੋੜਾਂ ਰੁਪਈਆ ਹੀਰੋਇਨਾਂ ਨਚਾਉਣੀਆਂ ਲਿਆ ਕੇ ਕਬੱਡੀ ਦੇ ਮੈਚਾਂ 'ਚ ਅਤੇ ਦੂਜੇ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਲਵੀਰ ਸਿੰਘ ਸੀਨੀਅਰ ਜਿਹੜੇ ਸਾਡੇ ਹਾਕੀ ਦੇ ਲੀਜੈਂਡ ਰਹੇ ਆ ਉਹਨਾਂ ਦੇ ਨਾਲ ਪਿਛਲੇ ਦਿਨਾਂ ਸਕਾਲਰਸ਼ਿਪ ਸ਼ੁਰੂ ਕੀਤੀ ਔਰ ਇਹ ਇਨੀਸ਼ੀਏਟਿਵ ਲਗਾਤਾਰ ਚੱਲਣੇ ਜਿੱਥੇ ਸਪੋਰਟਸ ਦੀ ਇਨਾਮੀ ਰਾਸ਼ੀ ਜਿਹੜੇ ਕਾਮਨਵੈਲਥ ਪਲੇਅਰ ਆਏ ਆ ਸਾਡੇ ਜਿੱਤ ਕੇ ਉਹਨਾਂ 'ਤੇ ਵੀ ਵੱਧ ਚੜ੍ਹ ਕੇ ਦਿੱਤੀ ਆ ਲੇਕਿਨ ਇੱਕ ਪੂਰਾ ਮਕੈਨਿਜ਼ਮ ਸਪੋਰਟਸ ਨੂੰ ਪ੍ਰਮੋਟ ਕਰਨ ਲਈ ਮੈਂ 6 ਮਹੀਨੇ ਦੀ ਗੱਲ ਕਰ ਰਿਹਾ ਅਸੀਂ ਸ਼ੁਰੂਆਤ ਜਿਹੜੀ ਕੀਤੀ ਆ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦੱਸਣਾ ਚਾਹਾਂਗੇ ਇਹਦੇ ਨਾਲ ਨਾਲ ਕਰਪਸ਼ਨ ਦਾ ਬੋਲਬਾਲਾ ਰਿਹਾ ਪਿਛਲੀਆਂ ਸਰਕਾਰਾਂ 'ਚ 3 ਲੱਖ ਕਰੋੜ ਦਾ ਕਰਜ਼ਾ ਚੜ੍ਹ ਗਿਆ ਪੰਜਾਬ 'ਤੇ ਅਤੇ ਸੁੱਖ ਵਿਲਾ ਅਤੇ ਸਿਸਵਾ ਬਣ ਗਏ ਉਸ ਕਰਪਸ਼ਨ ਦੇ ਖਿਲਾਫ਼ ਮਾਨ ਸਾਹਿਬ ਦੀ ਸਰਕਾਰ ਨੇ ਐਂਟੀ ਕਰਪਸ਼ਨ ਐਕਸ਼ਨ ਲਾਈਨ ਲਿਆਂਦੀ ਜਿਹਦੇ ਨਾਲ 200 ਬੰਦਿਆਂ 'ਤੇ ਹੁਣ ਤੱਕ ਐਕਸ਼ਨ ਹੋ ਚੁੱਕਿਆ 200 ਬੰਦੇ ਸਾਬਕਾ ਵਜ਼ੀਰ ਅਤੇ ਪ੍ਰੈਜੈਂਟ ਸਰਕਾਰ ਦੇ ਵਜ਼ੀਰ ਵੀ ਉਹਦੇ ਰਾਹੀਂ ਅੰਦਰ ਗਏ ਆ ਕਈ IAS ਅਫਸਰ ਤਹਿਸੀਲਦਾਰ ਵੀ ਗਏ ਆ ਯਾਨੀ ਕਿ ਸਰਕਾਰ ਦੀ ਇੱਛਾ ਸ਼ਕਤੀ ਕਿ ਸੂਬੇ ਨੂੰ ਕਰਪਸ਼ਨ ਫਰੀ ਬਣਾਉਣਾ ਹੈ ਪੂਰਾ ਇੱਕ ਟਰਾਂਸਪੇਰੈਂਟ ਨਿਜ਼ਾਮ ਦੇਣਾ ਆ ਉਹਦੇ ਵਾਲੇ ਪਾਸੇ ਐਂਟੀ ਕਰਪਸ਼ਨ ਐਕਸ਼ਨ ਲਾਈਨ ਜਿਹੜੀ ਜ਼ਮੀਨੀ ਸਤਰ 'ਤੇ ਪੰਜਾਬ ਲਈ ਕੰਮ ਕਰ ਰਹੀ ਹੈ ਔਰ ਇਹਨਾਂ ਦੇ ਟਾਈਮ ਵੀ ਅਸੀਂ ਦੇਖਦੇ ਰਹੇ ਹਾਂ ਕਿਸ ਤਰੀਕੇ ਨਾਲ ਚੌਪਟ ਹੁੰਦਾ ਰਿਹਾ ਪੂਰਾ ਸਿਸਟਮ A South Asian Canadian channel.